ਇਹਨੇ ਦਿਨੀ ਪਿੰਡਾਂ 'ਚ ਕਾਂਗਰਸੀ ਸਰਪੰਚਾਂ 'ਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਤਾਰ ਵੱਧਦੇ ਜਾ ਰਹੇ ਨੇ। ਪਹਿਲਾਂ ਇੱਕ ਕਾਂਗਰਸੀ ਸਰਪੰਚ ਵੱਲੋਂ ਗਰੀਬ ਦੇ ਘਰ 'ਤੇ ਕਥਿਤ ਕਬਜ਼ਾ ਕਰਨ ਦੇ ਇਲਜ਼ਾਮਾਂ ਦਾ ਮਾਮਲਾ ਹਜੇ ਠੰਡਾ ਨਹੀਂ ਸੀ ਪਿਆ ਕਿ ਹੁਣ ਪੱਟੀ ਦੇ ਪਿੰਡ ਲੋਕਾ ਵਾਸੀ ਗੁਰਇਕਬਾਲ ਸਿੰਘ ਦੀ ਪੁਸ਼ਤੈਨੀ ਜ਼ਮੀਨ 'ਤੇ ਪਿੰਡ ਦੇ ਸਰਪੰਚ ਵੱਲੋਂ ਕਥਿਤ ਤੌਰ 'ਤੇ ਕਬਜ਼ਾ ਕਰਕੇ ਸਰਕਾਰੀ ਛੱਪੜ ਬਣਾਏ ਜਾਣ ਦੇ ਇਲਜ਼ਾਮ ਸਾਰਿਆਂ ਨੂੰ ਅਚੰਭੇ 'ਚ ਪਾ ਗਏ। ਜ਼ਮੀਨ ਮਾਲਕ ਗੁਰਇਕਬਾਲ ਸਿੰਘ ਮਾਲਕੀ ਦੇ ਕਾਗਜ਼ ਵਿਖਾਉਂਦਾ ਹੋਇਆ ਕਹਿੰਦਾ ਹੈ ਕਿ ਸਰਪੰਚ ਸਰਕਾਰੀ ਛੱਪੜ ਦੀ ਜ਼ਮੀਨ ਵੇਚ ਕੇ ਖਾ ਗਿਆ ਅਤੇ ਹੁਣ ਸਾਡੀ ਜ਼ਮੀਨ ਨੂੰ ਸਰਕਾਰੀ ਛੱਪੜ ਬਣਾਉਣ 'ਤੇ ਤੁਲਿਆ ਹੋਇਆ। ਗੁਰਇਕਬਾਲ ਸਿੰਘ ਮੁਤਾਬਕ ਉਹ ਸ਼ਿਕਾਇਤਾਂ ਕਰ ਕਰ ਹਾਰ ਗਿਆ ਪਰ ਉਸਦੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਜੇਕਰ ਉਹਨਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਆਤਮ ਹੱਤਿਆ ਕਰ ਲਏਗਾ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ। ਇਹਨਾਂ ਹੁਕਮਾਂ ਦੇ ਬਾਵਜੂਦ ਜਿਹੜੀ ਸਾਡੀ ਜ਼ਮੀਨ ਦੇ ਉੱਤੇ ਆ ਔਰ ਨਜਾਇਜ਼ ਜਿਹੜੀ ਆ ਮਾਈਨਿੰਗ ਜਿਹੜੀ ਆ ਕੀਤੀ ਜਾ ਰਹੀ ਆ ਔਰ ਨਜਾਇਜ਼ ਉਹਨੂੰ ਜਿਹੜਾ ਵਾ ਛੱਪੜ ਦਾ ਰੂਪ ਧਾਰਨ ਕਰਵਾਇਆ ਜਾ ਰਿਹਾ ਕਿਉਂਕਿ ਜਿਹੜਾ ਸਰਪੰਚਾਂ ਦੇ ਪਿੰਡ ਦੇ ਸਰਪੰਚ ਨੇ ਜਿਹੜਾ ਪੁਰਾਣਾ ਛੱਪੜ ਸੀ ਉਹਦੀ ਜ਼ਮੀਨ ਨੂੰ ਜਿਹੜਾ ਵਾ ਵੇਚ ਕੇ ਪਾਣੀ ਕੱਢ ਕੇ ਉਹਦੇ ਵਿੱਚੋਂ ਅਤੇ ਉਸ ਜ਼ਮੀਨ ਨੂੰ ਜਿਹੜਾ ਵਾ ਵੇਚ ਦਿੱਤਾ ਗਿਆ ਸੀ। ਹੁਣ ਇਹ ਲੋਕਾਂ ਦੀਆਂ ਜ਼ਮੀਨਾਂ ਦੇ ਉੱਤੇ ਨਜਾਇਜ਼ ਛੱਪੜ ਬਣਾ ਕੇ ਉਹਨਾਂ ਨੂੰ ਛੱਪੜ ਦਾ ਰੂਪ ਦੇ ਰਿਹਾ ਕਿ ਹਾਂ ਇਹ ਸਰਕਾਰੀ ਛੱਪੜ ਸਾਬਤ ਕਰਨਾ ਚਾਹੁੰਦੇ ਆ ਸਾਡੀ ਜ਼ਮੀਨ। ਪਰ ਆਲਰੇਡੀ ਕੋਰਟਾਂ ਦੇ 4 ਕੇਸ ਆ ਸਾਡੇ ਕੋਲ ਜਿਹੜੇ ਅਸੀਂ ਜਿੱਤ ਚੁੱਕੇ ਹਾਂ, ਮਾਨਯੋਗ ਸੈਸ਼ਨ ਕੋਰਟ ਦੇ ਵਿੱਚੋਂ ਵੀ ਅਸੀਂ ਜਿੱਤੇ ਹਾਂ ਪਰ ਕਿਤੇ ਵੀ ਸਾਡੀ ਜਿਹੜੀ ਆ ਕੋਈ ਸੁਣਵਾਈ ਨਹੀਂ ਹੋ ਰਹੀ ਜੀ। ਤੁਸੀਂ ਕਿੱਥੇ ਕਿੱਥੇ ਦਰਖਾਸਤਾਂ ਦਿੱਤੀਆਂ ਨੇ? ਸਰ ਮੈਂ ADC ਵਿਕਾਸ ਜੀ ਨੂੰ ਸਭ ਤੋਂ ਪਹਿਲਾਂ ਜਿਹੜੇ ਹੈਗੇ ਆਪਣੇ ਇੱਥੇ ਤਰਨ ਤਾਰਨ ਉਹਨਾਂ ਨੂੰ ਦਿੱਤੀ ਸੀ ਦਰਖਾਸਤ ਕਿ ਇੱਦਾਂ ਕਰਕੇ ਸਰ ਇਹ ਗਲਤ ਕੰਮ ਹੋ ਰਿਹਾ ਇਹਨੂੰ ਰੋਕਿਆ ਜਾਵੇ, ਪਰ ਉਹਦੇ ਤੋਂ ਇਲਾਵਾ ਜਦੋਂ ਉਹਨਾਂ ਨੇ ਕੋਈ ਪੈਰਵਾਈ ਨਹੀਂ ਕੀਤੀ ਫਿਰ ਮੈਂ DC ਸਾਹਿਬ ਨੂੰ ਮਾਨਯੋਗ ਇੱਥੇ ਆਪਣੇ ਤਰਨ ਤਾਰਨ ਦੇ ਉਹਨਾਂ ਨੂੰ ਮੈਂ ਐਪਲੀਕੇਸ਼ਨ ਦਿੱਤੀ ਸੀ ਕਿ ਸਰ ਇਸ ਚੀਜ਼ ਨੂੰ ਰੋਕਿਆ ਜਾਵੇ, ਪਰ ਉਹਦੇ 'ਤੇ ਵੀ ਕੋਈ ਸੁਣਵਾਈ ਨਾ ਹੁੰਦੀ ਵੇਖ ਕੇ ਫਿਰ ਮੈਂ ਮਾਨਯੋਗ ਧਰੁਵ ਦਈਆ ਜੀ ਨੂੰ ਸਾਡੇ ਮਾਨਯੋਗ ਜਿਹੜੇ SSP ਸਾਹਿਬ ਆ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਕਿ ਸਰ ਇਹ ਜਿਹੜੀ ਮਾਈਨਿੰਗ ਗਲਤ ਨਤੀਜੇ ਨਾਲ ਕੀਤੀ ਜਾ ਰਹੀ ਆ ਉਹਨਾਂ ਵੱਲੋਂ ਇੱਕ ਪਹਿਲ ਦੇ ਆਧਾਰ ਦੇ ਉੱਤੇ ਇਹਦੀ ਇਨਕੁਆਇਰੀ ਕੀਤੀ ਗਈ ਔਰ ਇਸ ਕੰਮ ਨੂੰ ਰੁਕਵਾਇਆ ਗਿਆ, ਪਰ ਉਸਦੇ ਬਾਵਜੂਦ BDPO ਲਖਵਿੰਦਰ ਕੌਰ ਜਿਹੜੇ ਪੱਟੀ ਤੋਂ ਆ ਔਰ ADC ਜਿਹੜੇ ਵਿਕਾਸ ਆ ਇਹਨਾਂ ਦੇ ਸਹਿਮਤੀ ਦੇ ਨਾਲ SDO ਰਿਸ਼ਪਾਲ ਸਿੰਘ ਇਹਨਾਂ ਤਿੰਨਾਂ ਦੀ ਮਿਲੀ ਭੁਗਤ ਦੇ ਨਾਲ ਸਰਕਾਰੀ ਪੈਸੇ ਨੂੰ ਖੁਰਦ ਬੁਰਦ ਕਰਨ ਵਾਸਤੇ ਇਹਨਾਂ ਨੇ ਜਿਹੜਾ ਵਾ ਸਾਡੀ ਜ਼ਮੀਨ ਦੇ ਵਿੱਚ ਜਿਹੜੀ ਆ JCB ਮਸ਼ੀਨਾਂ ਲਾ ਕੇ ਪਟਾਈ ਸ਼ੁਰੂ ਕਰਵਾਤੀ ਅਤੇ ਜਾ ਕੇ ਉੱਥੇ ਕੰਮ ਸ਼ੁਰੂ ਕਰਵਾਇਆ ਔਰ ਇਹਨਾਂ ਦਾ ਇਹ ਕਹਿਣਾ ਸੀ ਕਿ ਇਹ ਜਿਹੜਾ ਤੁਹਾਡਾ ਖਤੌਨੀ ਨੰਬਰ ਆ ਇਹ 2278 ਦੇ ਵਿੱਚ ਨਹੀਂ ਆਉਂਦੀ, ਇਹ 2288 ਆ ਅਤੇ ਤੁਸੀਂ ਆਪਣੀ 2288 ਦੀ ਜਿਹੜੀ ਆ ਨਿਸ਼ਾਨਦੇਹੀ ਕਰਾਓ, ਜਦਕਿ ਜਿਹੜੇ ਇਹ ਗ੍ਰਾਮ ਪੰਚਾਇਤ ਦੀ ਗੱਲ ਕਰ ਰਹੇ ਆ ਉਹ 2278 ਆ ਖਤੌਨੀ ਨੰਬਰ ਔਰ ਉਹ ਜਵੰਦਾ ਰੋਡ ਦੇ ਉੱਤੇ ਪੈਂਦੀ ਆ, ਜਵੰਦਾ ਰੋਡ ਔਰ ਸਾਡੀ ਜਿਹੜੀ ਪੈਲੀ ਆ ਉਹ ਨਸ਼ਹਿਰਾ ਪਨੂਆ ਰੋਡ ਦੇ ਉੱਤੇ ਆ, ਉਹਦੇ ਵਿੱਚ ਡਿਫਰੈਂਸ ਜਿਹੜਾ ਵਾ 3 ਕਿਲੋਮੀਟਰ ਦਾ ਵਾ, ਠੀਕ ਹੈ ਜੀ। ਇਸ ਕਰਕੇ ਇਹਨਾਂ ਨੂੰ ਪਹਿਲਾਂ ਇਹ ਪੁੱਛਿਆ ਜਾਵੇ ਕਿ ਜਿਹੜਾ 2278 ਜਵੰਦਾ ਰੋਡ 'ਤੇ ਪੈ ਰਿਹਾ ਉਹ 2278 ਜਿਹੜਾ ਵਾ ਉਹ ਨਸ਼ਹਿਰਾ ਪਨੂਆ ਰੋਡ 'ਤੇ ਕਿਵੇਂ ਚੱਲ ਗਿਆ, ਇਹ ਗਲਤ ਕਾਗਜ਼ਾਂ ਦੀ ਹੇਰਫੇਰੀ ਕਰਕੇ ਅਤੇ ਜਿਹੜੀ ਇੱਕ ਸਾਰਾ ਕੰਮ ਖੁਰਦ ਬੁਰਦ ਕੀਤਾ ਜਾ ਰਿਹਾ। ਇਹਦੇ 'ਤੇ ਇੱਕ ਚੀਜ਼ ਹੋਰ ਮੈਂ ਦੱਸਣੀ ਚਾਹੁੰਦਾ, ਮੇਰੀ ਕੁਝ ਸਰਪੰਚਾਂ ਨਾਲ ਗੱਲ ਹੋਈ ਸੀ ਜਿਹੜੇ ਸਾਬਕਾ ਸਰਪੰਚ ਸੀ, ਉਹ ਕਹਿ ਰਹੇ ਆ ਕਿ ਜਿਹੜਾ ਰਿਸ਼ਪਾਲ ਸਿੰਘ ਆ ਇਹ ਪਹਿਲਾਂ ਵੀ ਲੋਕਾਂ ਦੀਆਂ ਜ਼ਮੀਨਾਂ ਦੇ ਉੱਤੇ ਨਜਾਇਜ਼ ਜਿਹੜੀਆਂ ਉਹ ਸਾਰੀਆਂ ਕਰਵਾ ਚੁੱਕਾ ਵਾ, ਸਰਕਾਰੀ ਪੈਸੇ ਨੂੰ ਖੁਰਦ ਬੁਰਦ ਕਰਨ ਵਾਸਤੇ ਇਹ BDPO ਅਤੇ ADC ਵਿਕਾਸ ਜਿਹੜੇ ਆ ਰਲ ਕੇ SDO ਰਿਸ਼ਪਾਲ ਤਿੰਨੇ ਜਣੇ ਰਲ ਕੇ ਇਸ ਚੀਜ਼ ਨੂੰ ਮਾਈਨਿੰਗ ਦੇ ਰੂਪ 'ਚ ਲਿਆ ਕੇ ਸਰਕਾਰੀ ਪੈਸੇ ਦੀ ਜਿੱਥੇ ਦੁਰਵਰਤੋਂ ਕੀਤੀ ਜਾ ਰਹੀ ਆ ਉੱਥੇ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਹੜੱਪੀਆਂ ਜਾ ਰਹੀਆਂ। ਸਰਕਾਰੀ ਆ ਮੁਲਾਜ਼ਮ ਆ ਜੀ, ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਸਰਕਾਰ ਹੀ ਇੱਕ ਬੰਦੇ ਸਰਕਾਰ ਨਾਰਾ ਲਾਉਂਦੀ ਆ ਕਿ ਸਰਕਾਰ ਕੋਲ ਖਜ਼ਾਨਾ ਖਾਲੀ ਹੋ ਗਿਆ, ਪਰ ਇਹੋ ਜਿਹੜੇ ਅਫਸਰ ਆ ਆਪਣੇ ਨਜਾਇਜ਼ ਅਹੁਦਿਆਂ ਦਾ ਫਾਇਦਾ ਚੱਕ ਰਹੇ ਆ, ਜਿਹੜੇ ਲੋਕਾਂ ਦੀਆਂ ਜ਼ਮੀਨਾਂ 'ਤੇ ਹੜੱਪ ਹੀ ਰਹੇ ਆ ਪਰ ਉੱਥੇ ਸਰਕਾਰੀ ਪੈਸੇ ਨੂੰ ਜਿਹੜਾ ਵਾ ਖੁਰਦ ਬੁਰਦ ਕੀਤਾ ਜਾ ਰਿਹਾ ਵਾ। ਸਾਡੇ ਵੱਲੋਂ ਇਹ ਆ ਜੀ, ਮਾਨਯੋਗ ਹਾਈਕੋਰਟ ਦੇ ਵਿੱਚ ਅਸੀਂ ਰਿੱਟ ਪਾਈ ਆ ਅਤੇ ਮਾਨਯੋਗ ਹਾਈਕੋਰਟ ਦੇ ਵਿੱਚ ਅਸੀਂ ਰਿੱਟ ਪਾਉਣ ਤੋਂ ਬਾਅਦ ਇਹਨਾਂ ਨੂੰ ਬਾਈਨੇਮ ਸੰਮਣ ਭੇਜਾਂਗੇ ਔਰ ਜੇ ਇਹ ਫਿਰ ਵੀ ਕੰਮ ਨਹੀਂ ਰੁਕਦੇ ਫਿਰ ਸਾਡੇ ਤੋਂ ਆਤਮ ਹੱਤਿਆ ਕਰਨ ਤੋਂ ਇਲਾਵਾ ਹੋਰ ਕੋਈ ਸਮਾਂ ਨਹੀਂ, ਕਿਉਂਕਿ ਸਾਡੀ ਜੱਦੀ ਪੁਸ਼ਤੀ ਜ਼ਮੀਨ ਆ, ਜਦੋਂ ਸਾਡੇ ਕੋਲ ਜ਼ਮੀਨ ਹੀ ਰਹਿਣੀ ਤਾਂ ਫਿਰ ਅਸੀਂ JUK ਵੀ ਕੀ ਕਰਨਾ। ਪਹਿਲਾਂ ਵੀ ਆਪਣਾ ਛੱਪੜ ਹੀ ਇਹ ਵੀ ਇੱਕ ਹੀ ਪਹਿਲਾਂ ਵੀ ਹਿਸਾਬ ਦਾ ਸੀ ਅਤੇ ਹੁਣ ਇਹ 2 ਬਣਾਏ ਗਏ ਆ, ਇਹ ਵੀ ਪਿੰਡ ਪੁੰਡ ਦਾ ਕੋਈ ਨਹੀਂ ਆ ਵੀ ਚੱਕਰ ਹੈਗਾ, ਇਹ ਸਰਪੰਚਾਂ ਮੈਂਬਰਾਂ ਦਾ ਹੀ ਹੈ ਜੀ, ਇਹ ਕੋਈ ਸੁਣਾਈ ਨਹੀਂ ਆਉਂਦੀ ਜੀ ਇਹ।
ਆਪਣੀ ਮਰਜ਼ੀ ਨਾਲ ਗਲਤ ਕਰ ਰਿਹਾ ਕੰਮ। ਹਾਂਜੀ ਹਾਂਜੀ ਟੋਏ ਟੋਏ ਜੀ ਆਪਣੀ ਮਰਜ਼ੀ ਨਾਲ ਕਰ ਰਿਹਾ ਸਭ ਕੁਛ, ਮਿੱਟੀ ਦੇ ਤਾਂ ਸਭ। ਹਾਂਜੀ ਹਾਂਜੀ ਸਭ ਵੇਚੀ ਜਾਂਦੇ ਆ ਜੀ। ਇਹ ਤੇ ਹੁਣ ਵੀ ਇਹ ਪੁੱਛ ਦੱਸ ਹੋਣੀ ਚਾਹੀਦੀ ਆ ਜੀ, ਇਹਦੇ ਕਰਨੀ ਚਾਹੀਦੀ ਇੱਥੋਂ ਵੀ ਜੋ ਵੀ ਹੋ ਸਕਦਾ ਵੀ ਕਰਨਾ ਚਾਹੀਦਾ ਵੀ ਪੁੱਛ ਦੱਸ ਹੋਣੀ ਚਾਹੀਦੀ ਆ। ਤੁਸੀਂ ਦੇਖ ਹੀ ਲਿਆ ਕਿ ਜ਼ਮੀਨ ਤੇ ਕਬਜ਼ੇ ਦੇ ਇਲਜ਼ਾਮ ਇਕੱਲਾ ਗੁਰੂ ਇਕਬਾਲ ਸਿੰਘ ਹੀ ਨਹੀਂ ਸਗੋਂ ਪਿੰਡ ਲੋਕੇ ਦੇ ਕਈ ਹੋਰ ਲੋਕ ਵੀ ਕਾਂਗਰਸੀ ਸਰਪੰਚ ਵੱਲੋਂ ਛੱਪੜ ਦੀ ਕੀਤੀ ਜਾ ਰਹੀ ਕਾਰਵਾਈ ਨੂੰ ਨਾਜਾਇਜ਼ ਦੱਸ ਰਹੇ ਨੇ, ਪਰ ਸਰਪੰਚ ਇਹਨਾਂ ਸਾਰੇ ਇਲਜ਼ਾਮਾਂ ਤੋਂ ਇਨਕਾਰ ਕਰਦਾ ਹੈ ਅਤੇ ਕਹਿੰਦਾ ਹੈ ਕਿ ਇਹ ਜ਼ਮੀਨ ਕੱਲ੍ਹ ਵੀ ਛੱਪੜ ਸੀ, ਅੱਜ ਵੀ ਛੱਪੜੀ ਹੈ ਅਤੇ ਅੱਗੇ ਵੀ ਛੱਪੜ ਹੀ ਰਹੇਗੀ। ਨਹੀਂ ਜੀ ਇਹ ਕਿਸੇ ਦੀ ਵੀ ਜ਼ਮੀਨ ਨਹੀਂ ਗੀ, ਇਹ ਮਾਲ ਰਿਕਾਰਡ ਦੇ ਹਿਸਾਬ ਨਾਲ, ਮਾਲ ਵਿਭਾਗ ਦੇ ਹਿਸਾਬ ਨਾਲ ਇਹ ਜਿਹੜੀ ਆ ਦੇਹ ਬਾਦ ਪੰਚਾਇਤ ਦੀ ਜ਼ਮੀਨ ਆ, ਗ੍ਰਾਮ ਪੰਚਾਇਤ ਦੀ ਜ਼ਮੀਨ ਆ, ਪਹਿਲਾਂ ਵੀ ਗ੍ਰਾਮ ਪੰਚਾਇਤ ਦੀ, ਹੁਣ ਵੀ ਗ੍ਰਾਮ ਪੰਚਾਇਤ ਦੀ, ਅਤੇ ਗਾਂਹ ਵੀ ਇਹ ਗ੍ਰਾਮ ਪੰਚਾਇਤ ਦੀ ਰਹਿਣੀ ਆ। ਇੱਥੇ ਸਾਡੇ ਪੈਦਾ ਹੋਣ ਤੋਂ ਪਹਿਲਾਂ ਦਾ ਹੀ ਇੱਥੇ ਪਾਣੀ ਖੜ੍ਹਾ ਵਾ, ਇਹ ਛੱਪੜਿਆ। ਇਹਦੇ ਕੋਈ ਵੀ ਲਾਗੇ 20 ਪਿੰਡਾਂ 'ਚ ਬੰਦਾ ਨਹੀਂ ਕੋਈ ਕਹਿ ਸਕਦਾ ਵੀ ਇੱਥੇ ਕੋਈ ਕਿਸੇ ਦੀ ਫਸਲ ਆ ਜਿਹੜੀ ਉਹ ਗੱਲ ਕਰਦੇ ਆ ਵੀ ਇਹ ਸਾਡੀ ਜਿਹੜੀ ਜ਼ਮੀਨ ਆ ਵਾਹੀਯੋਗ ਜ਼ਮੀਨ ਆ ਉਹਦੇ 'ਚ ਮਾਈਨਿੰਗ ਕਰਾਈ ਜਾ ਰਹੀ ਆ ਜਾਂ ਕੋਈ MLA ਸਾਹਿਬ ਇਹ ਗਲਤ ਕੰਮ ਕਰਨ ਡਏ ਆ। ਆਪਾਂ ਜਿਹੜਾ ਕੋਈ ਵੀ MLA, ਆਪਾਂ ਸਮੁੱਚੇ MLA ਗੱਲ ਕਰਦੇ ਹਾਂ, ਜਿਹੜਾ ਵੀ ਆਪਾਂ MLA ਚੁਣਦੇ ਹਾਂ ਉਹ ਆਪਣੇ ਹਿੱਤਾਂ ਦੀ ਰਾਖੀ ਵਾਸਤੇ ਉਹਨੂੰ ਚੁਣਦੇ ਹਾਂ, ਉਹਨਾਂ ਵੀ ਜੋ ਕੀਤਾ ਵਾ ਕੋਈ ਉਹ ਪਿੰਡ ਦੀ ਭਲਾਈ ਵਾਸਤੇ ਕੀਤਾ ਵਾ। ਨਹੀਂ ਜੀ ਉਹ ਕੰਮ ਤਾਂ ਅਸੀਂ ਰੋਕਿਆ ਹੀ ਆ, ਬਾਕੀ ਉਹਨਾਂ ਨੇ ਇੱਕ ਕੇਸ ਵੀ ਦਾਇਰ ਕੀਤਾ ਵਾ ਉਹਦੀ ਜਿਹੜੀ 4 ਜਨਵਰੀ ਤਰੀਕ ਆ, ਉੱਥੇ ਵੀ ਅਸੀਂ ਜਵਾਬ ਦੇਵਾਂਗੇ। ਇਹਨਾਂ ਨੇ ਕੇਸ ਜਿਹੜੇ ਕੀਤੇ ਆ ਉਹ ਆਪਸ ਵਿੱਚ ਕਰੀ ਫਿਰਦੇ ਆ, ਗ੍ਰਾਮ ਪੰਚਾਇਤ ਨਾਲ ਅੱਜ ਤੱਕ ਕੋਈ ਇਹੋ ਜਿਹਾ ਕੇਸ ਨਹੀਂ ਹੋਇਆ। ਇਸ ਸੰਬੰਧੀ ਜਦੋਂ ਸਾਡੀ ਟੀਮ ਨੇ ਇਲਾਕੇ ਦੀ BDPO ਲਖਵਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਪਹਿਲਾਂ ਉਹਨਾਂ ਕਿਹਾ ਕਿ ਛੱਪੜ ਦਾ ਕੰਮ ਸਰਕਾਰੀ ਯੋਜਨਾ ਤਹਿਤ ਕੀਤਾ ਜਾ ਰਿਹਾ, ਤੇ ਜਦੋਂ ਪੱਤਰਕਾਰ ਦੇ ਸਵਾਲ ਤਿੱਖੇ ਲੱਗੇ ਤਾਂ ਕਹਿਣ ਲੱਗੀ ਕਿ ਸਰਪੰਚ ਨੂੰ ਚਿੱਠੀ ਲਿਖ ਕੇ ਛੱਪੜ ਦਾ ਕੰਮ ਰੋਕ ਦੇਣ ਲਈ ਕਹਿ ਦਿੱਤਾ ਗਿਆ, ਤੇ ਜੇ ਹੁਣ ਵੀ ਨਾ ਰੁਕਿਆ ਤਾਂ ਆਪਣੇ ਨਫੇ ਨੁਕਸਾਨ ਦਾ ਜ਼ਿੰਮੇਵਾਰ ਸਰਪੰਚ ਖੁਦ ਹੋਏਗਾ। ਉੱਥੇ ਜੋ ਕੰਮ ਚੱਲ ਰਿਹਾ ਹੈ ਛੱਪੜ ਦਾ, ਤੇ ਉਹ ਮੇਰੇ ਵੱਲੋਂ ਇਹ ਆ ਵੀ ਜੋ ਉਹਨਾਂ ਨੇ ਸਟੇ ਲੈ ਕੇ ਆਂਦਾ ਗੁਰੂ ਇਕਬਾਲ ਸਿੰਘ ਨੇ ਵੀ ਮੇਰੀ ਆਪਣੀ ਜਗ੍ਹਾ ਵਾ, ਉਹ ਸਰਪੰਚ ਨੂੰ ਬੁਲਾ ਕੇ ਆਪਣੇ ਆਫਿਸ ਨੂੰ ਸਮਝਾਇਆ ਵੀ ਸੀ ਵੀ ਆਪਣੀ ਨਿਸ਼ਾਨਦੇਹੀ ਕਰਵਾ ਕੇ ਦੁਬਾਰਾ ਉਸ ਨੰਬਰਾਂ 'ਤੇ ਚੈਕਿੰਗ ਕੀਤੀ ਜਾਵੇ, ਅਤੇ ਆਪਣਾ ਜੇ ਪੰਚਾਇਤ ਦੀ ਜ਼ਮੀਨ ਆ ਤਾਂ ਫਿਰ ਹੀ ਕੰਮ ਕਰਵਾਇਆ ਜਾਵੇ। ਉਸ ਦੇ ਅਭਿਆਸ 'ਤੇ ਮੈਂ ਉਹਨੂੰ ਇੱਕ ਲੈਟਰ ਵੀ ਜਾਰੀ ਕੀਤੀ ਹੈ। ਹਾਂਜੀ ਹਾਂਜੀ ਨਰੇਗਾ ਸਕੀਮ, ਹਾਂਜੀ ਨਰੇਗਾ ਤਹਿਤ ਕਿਸ ਤਰ੍ਹਾਂ ਕਿੰਨੇ ਕੁ ਜਾਣੇ ਕੰਮ ਕਰਦੇ ਨੇ? ਇਹਦੇ ਵਿੱਚ ਤਾਂ ਲੇਬਰ ਆ ਜੇ ਕੋਈ ਹੈ ਨਾ ਕਰਨਾ ਚਾਹਵੇ ਤਾਂ। ਹਾਂਜੀ ਉਹ ਅਸੀਂ ਫਿਰ ਦੁਬਾਰਾ ਲੈਟਰ ਇਸ਼ੂ ਉਹਨੂੰ ਕਰ ਦਿੰਦੇ ਸਰਪੰਚ ਨੂੰ, ਜੇ ਕੋਈ ਕਾਰਵਾਈ ਹੁੰਦੀ ਆ ਤਾਂ ਫਿਰ ਤੂੰ ਜ਼ਿੰਮੇਵਾਰ ਹੋਵੇਗਾ। ਕੰਮ ਇੱਕ ਲੈਟਰ ਕੱਢੀ ਇੱਕ ਹੋਰ ਕੱਢ ਦਿੰਦੇ ਵੀ ਤੂੰ ਅਜੇ ਤੱਕ ਜਿਹੜਾ ਕੰਮ ਹੈ ਉਹ ਬੰਦ ਨਹੀਂ ਕਰਵਾਇਆ। ਕੁੱਲ ਮਿਲਾ ਕੇ ਕਾਂਗਰਸੀ ਸਰਪੰਚਾਂ 'ਤੇ ਲਗਾਤਾਰ ਲੱਗ ਰਹੇ ਧੱਕੇਸ਼ਾਹੀ ਦੇ ਇਲਜ਼ਾਮਾਂ ਨੇ ਸਮਾਜ ਚਿੰਤਕਾਂ ਦੀਆਂ ਚਿੰਤਾਵਾਂ ਇੱਕ ਵਾਰ ਫਿਰ ਵਧਾ ਦਿੱਤੀਆਂ ਨੇ, ਜਿਹਨਾਂ ਦਾ ਕਹਿਣਾ ਹੈ ਕਿ ਲੋਕਤੰਤਰ ਦੇ ਨੁਮਾਇੰਦੇ ਦੀ ਜੜ੍ਹ 5 ਸਰਪੰਚਾਂ ਤੋਂ ਸ਼ੁਰੂ ਹੁੰਦੀ ਹੈ, ਜੇਕਰ ਜੜ੍ਹਾਂ 'ਚ ਹੀ ਖਰਾਬੀਆਂ ਲੱਗ ਪੈਣ ਤਾਂ ਲੋਕਤੰਤਰ ਨੂੰ ਬਚਾਉਣਾ ਔਖਾ ਹੋ ਜਾਏਗਾ। ਸੋ ਹੁਣ ਦੇਖਣਾ ਇਹ ਹੋਏਗਾ ਕਿ ਗੁਰੂ ਇਕਬਾਲ ਸਿੰਘ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਲੱਗ ਰਹੇ ਇਲਜ਼ਾਮਾਂ ਦਾ ਅਸਲ ਸੱਚ ਕੀ ਆਉਂਦਾ, ਕਿਉਂਕਿ ਜਿਵੇਂ ਦੀ ਧਮਕੀ ਗੁਰੂ ਇਕਬਾਲ ਸਿੰਘ ਨੇ ਦਿੱਤੀ ਹੈ ਉਸ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ। ਹਕੀਕਤ TV ਪੰਜਾਬੀ ਲਈ ਤਰਨ ਤਾਰਨ ਤੋਂ ਸਚਿਨ ਦੀ ਰਿਪੋਰਟ।